ਕੀ ਹਾਲ ਨੇ ਤੁਹਾਡੇ ਸਾਰਿਆਂ ਦੇ ਹੋਪ ਸਾਰੇ ਠੀਕ ਹੋਣਗੇ ਅਤੇ ਵੀਰੇ ਅੱਜ ਥੋੜ੍ਹੀ ਜਿਹੀ ਦਿੱਕਤ ਹੋ ਗਈ ਅਤੇ ਇੱਧਰ ਘਰ ਹੋਣਾ ਸੀਗਾ ਜਵਾਕ ਅਤੇ ਜਵਾਕ ਨੋਰਮਲ ਨਾਲ ਹੋਇਆ ਨਹੀਂ ਅਤੇ ਡਾਕਟਰਾਂ ਨੇ ਕਰਤਾ ਰੈਫਰ ਵੱਡੇ ਹਸਪਤਾਲ 'ਚ ਅਤੇ ਹੁਣ ਅਸੀਂ ਲੈ ਕੇ ਆਏ ਹਾਂ ਵੀਰੇ MM ਸਿੰਘ ਕੋਲ ਸੋ ਹੁਣ ਵੇਖਦੇ ਹਾਂ ਵੀ ਇੱਥੇ ਆ ਕੇ ਕੀ ਹੁੰਦਾ ਕੀ ਨਹੀਂ ਬਟ ਹਾਲੇ ਤੱਕ ਕੋਈ ਡਾਕਟਰ ਆਇਆ ਨੀਗਾ ਡਾਕਟਰ ਨੇ ਟਾਈਮ ਦਿੱਤਾ ਸੀਗਾ 7 ਵਜੇ ਦਾ ਬਟ ਹਾਲੇ ਤੱਕ ਕੋਈ ਡਾਕਟਰ ਆਇਆ ਨੀਗਾ ਅਤੇ ਆਪਾਂ ਅੰਦਰ ਚੱਲ ਕੇ ਦੇਖਦੇ ਹਾਂ ਵੀ ਹੁਣ ਸੀਨ ਕੀ ਹੈ ਕੀ ਨਹੀਂ ਵੀ ਅੰਦਰ ਲੈ ਕੇ ਗਏ ਓਪਰੇਸ਼ਨ ਥੀਏਟਰ ਦੇ ਜਾਂ ਨਹੀਂ ਮਤਲਬ ਬਹੁਤ ਹੀ ਜ਼ਿਆਦਾ ਪੇਨ ਹੋ ਰਿਹਾ ਉਹਨਾਂ ਨੂੰ ਅਤੇ ਮਤਲਬ ਬਰਦਾਸ਼ਤ ਤੋਂ ਬਾਹਰ ਹੈ ਅਤੇ ਡਾਕਟਰ ਹਾਲੇ ਤੱਕ ਆਏ ਨਹੀਂ ਅਤੇ ਪੈਸੇ ਆਪਾਂ ਉਹਨਾਂ ਨੂੰ ਸਬਮਿਟ ਕਰਾ ਦਿੱਤੇ ਨੇ ਜਿੰਨੇ ਇਹਨਾਂ ਨੇ ਮੰਗੇ ਅਤੇ ਆਪਾਂ ਚੱਲਦੇ ਹਾਂ ਅੰਦਰ ਸਾਰਿਆਂ ਨੂੰ ਪਤਾ ਲੱਗਿਆ ਵੀ ਹਾਂ ਸਿਮਰਨ ਮਾਂ ਬਣ ਗਈ ਹੈ ਅਤੇ ਪਤਾ ਨਹੀਂ ਕਿਹਨੂੰ ਸਲਾਹ ਦੇ ਰਿਹਾ ਕਿਹਨੂੰ ਸਲਾਹ ਦੇਈ ਜਾਂਦਾ ਹੈ ਓਏ ਡਾਕਟਰ ਮੇਰੇ ਖਿਆਲ ਨਾਲ ਆਉਣ ਵਾਲਾ ਡਾਕਟਰ ਆਊਗਾ ਤਾਂ ਫਿਰ ਹੀ ਗੱਲਬਾਤ ਬਣੇਗੀ ਕੀ ਕਹਿੰਦਾ ਕੀ ਨਹੀਂ ਅਤੇ ਗੌਤਮ ਸੇਠ ਪਿੱਛੇ ਬੈਠਾ ਪਤਾ ਨਹੀਂ ਕਿਹਦੇ ਨਾਲ ਗੱਲਬਾਤ ਕਰੀ ਜਾਂਦਾ ਧਿਆਨ ਨਾਲ ਪੂਰਾ ਸ਼ੂਟ ਹੋਣਾ ਹੈ ਚੱਲ ਡਰ ਨਾ ਕੁਛ ਨਹੀਂ ਉਹ ਕਰ ਦਿਓ ਹਾਂਜੀ ਅਤੇ ਵੀਰੇ ਆਪਣਾ ਅੱਧਾ ਵਲੋਗ ਅਧੂਰਾ ਰਹਿ ਗਿਆ ਸੀ ਜਿਹੜਾ ਮੈਂ ਪੰਜਾਬ ਸ਼ੂਟ ਕੀਤਾ ਸੀਗਾ ਜਿਹੜਾ ਆਪਾਂ ਹਸਪਤਾਲ ਦੇ ਵਿੱਚ ਬਣਾਇਆ ਸੀ ਅਤੇ ਵੀਰੇ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਉੱਧਰ ਮੁੰਡਾ ਹੋਇਆ ਜਾਂ ਕੁੜੀ ਤਾਂ ਤੁਸੀਂ ਪਹਿਲਾਂ ਗੈਸ ਕਰੋ ਕੀ ਹੋਇਆ ਹੋਊਗਾ ਅਤੇ ਵੀਰੇ ਉੱਧਰ ਹੋਇਆ ਮੁੰਡਾ ਅਤੇ ਮੁੰਡੇ ਦੀ ਖੁਸ਼ੀ ਮੁੰਡੇ ਦੇ ਪਿਓ ਨੂੰ ਜ਼ਿਆਦਾ ਸੀ ਚੱਲ ਸਾਨੂੰ ਵੀ ਹੈਗੀ ਹੈ ਵੀਰੇ ਇੱਦਾਂ ਦੀ ਗੱਲ ਨਹੀਂ ਅਤੇ ਵੀਰੇ ਹਾਲੇ ਤੱਕ ਉਹਨਾਂ ਨੂੰ ਛੁੱਟੀ ਨਹੀਂ ਮਿਲੀ ਹਾਲੇ ਤੱਕ ਉਹ ਹਸਪਤਾਲ ਦੇ ਵਿੱਚ ਹੀ ਨੇ ਅਤੇ 5 ਦਿਨਾਂ ਵਾਸਤੇ ਡਾਕਟਰ ਨੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਰੱਖਣਾ ਪੈਣਾ ਹੈ ਅਤੇ ਜਵਾਕ ਦੇ ਥੋੜ੍ਹੀ ਇਨਫੈਕਸ਼ਨ ਸੀਗੀ ਹੌਲੀ ਹੌਲੀ ਹੋ ਜੂਗਾ ਅਤੇ ਵੀਰੇ 5 ਦਿਨਾਂ ਤੋਂ ਬਾਅਦ ਛੁੱਟੀ ਮਿਲਣ ਤੋਂ ਬਾਅਦ ਘਰ ਜਾ ਕੇ ਲੈ ਲਓ ਤੁਸੀਂ ਜੋ ਵੀ ਹੈ ਅਤੇ ਮੈਨੂੰ ਕਹਿੰਦੇ ਸੀ ਰੋਕਣ ਵਾਸਤੇ ਬਟ ਵੀਰੇ ਛੁੱਟੀਆਂ ਦਾ ਪਲੈਨ ਪੋਪਟ ਸੀਗਾ ਅਤੇ ਇਸ ਕਰਕੇ ਮੈਨੂੰ ਆਉਣਾ ਪਿਆ ਅਤੇ ਹੁਣ ਆਪਾਂ 2 ਕੁ ਮਹੀਨੇ ਬਾਅਦ ਗੇੜਾ ਲਾਵਾਂਗੇ ਸੋ ਤੁਸੀਂ ਦੇਖੋ ਪਹਿਲਾਂ ਕਾਕਾ ਕਿਵੇਂ ਦਾ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਅਖੀਰ 'ਤੇ ਸੋਚਾ ਨਾ ਕਰ ਪੁੱਤਰ ਇਹ ਵੱਧ ਕੁਛ ਸੋਚਾ ਨਾ ਕਰ ਸੋਚਾ ਸੋਚਾ ਨਾ ਕਰ ਸੋਹਣੇ ਤੂੰ ਕਿਉਂ ਫੜੀ ਖੜੀ ਉਹਨੂੰ ਕੇ ਖੜੀ ਉਹ ਫੜ ਲਾ ਉਹਨੇ ਛੱਡ ਕੇ ਦਿੱਤਾ ਜੀ ਨੱਪਦੇ ਆ ਨੂੰ ਉਹਨੂੰ ਮਾਰ ਦਿੰਦੇ ਆਰਾਮ ਚੱਲ ਰਿਹਾ ਜਲਦੀ ਕਾਰਵਾਈ ਪਏਗੀ ਮੇਰੇ ਕਦੇ ਕਦੇ ਪੌਂਦਾਨ ਵੀ ਕਰਨਾ ਪੈਂਦਾ ਗਊਸ਼ਾਲਾ ਹੈਗੀ ਸਾਡੇ ਇੱਥੇ ਪੰਜਾਬ 'ਚ ਅਤੇ ਆ ਰੱਜੂ ਸੇਠ ਚੱਲਿਆ ਪੱਠੇ ਪਾਉਣ ਇਹਨਾਂ ਨੂੰ ਇੱਧਰ ਕਹਿੰਦੇ ਨਾ ਬਹਿਸ ਕਰੀ ਜਾਣਾ ਗਾਵਾਂ ਬੜੇ ਚਿਰਾਂ ਬਾਅਦ ਆਏ ਯਾਰ ਗਊਸ਼ਾਲਾ 'ਚ ਬਈ ਮਿਲੋ ਇਹਨਾਂ ਨੂੰ ਵੀ ਹਾਲ ਨੇ
ਪਾ ਪੱਠੇ ਸਿਰ ਤੇ ਨਾ ਪਾ ਦੀ ਯਾਰ ਪਹਿਲਾਂ ਪਿੱਛੇ ਕਿੰਨਾ ਵੱਡਾ ਹੁੰਦਾ ਸੀ ਨਾ ਅੰਦਰ ਰਸਤਾ ਨਹੀਂ ਹੋਣਾ ਅੰਦਰ ਜਾ ਪਰਲੇ ਪਾਸ ਹੋਏਗਾ ਪਰਲੇ ਪਾਸ ਹੋਏਗਾ ਰਸਤਾ ਦਾ ਹੈਂ ਵਾਪਸ ਜਾਣਾ ਪੈਣਾ ਤੇ ਬਈ ਪੁੰਨ ਦਾਨ ਵੀ ਕਰਨੇ ਪੈਂਦੇ ਤੇ ਰੱਜੂ ਪੁੰਨ ਕਰਕੇ ਆਇਆ ਆਪਾਂ ਤਾਂ ਐਵੇਂ ਟਾਈਮ ਪਾਸ ਕਰਕੇ ਆਏ ਹਾਂ ਨਾਲ ਰੱਜੂ ਕਹਿੰਦਾ ਵੋਟੀ ਸੋਹਣੀ ਮਿਲੇਗੀ ਜਨਾਨੀ ਤੇ ਬਈ ਅਸੀਂ ਤਾਂ ਪੱਠੇ ਪਾਏ ਨਹੀਂ ਗਏ ਅਸੀਂ ਹੱਥ ਲਾ ਕੇ ਆਏ ਹਾਂ ਨਾਲ ਤੇ ਰੱਜੂ ਸੇਠ ਪਾ ਗਿਆ ਪੱਠੇ ਕਹਿੰਦਾ ਜਨਾਨੀ ਸੋਹਣੀ ਮਿਲੇਗੀ ਤੇ ਹੁਣ ਚੱਕੂਗਾ ਬਾਈਕ ਤੇ ਆਪਾਂ ਚੱਲਦੇ ਹਾਂ ਘਰ ਨੂੰ ਤੇ ਉਸ ਤੋਂ ਬਾਅਦ ਫਿਰ ਚੱਲਦੇ ਹਾਂ ਦੁਬਾਰਾ ਹੋਸਪਿਟਲ ਕੀ ਸੋਚੀ ਨਾ टेंशन हो पी रंग क्यों उठे पे मेरे हूं तो हो गया हूं तो हो गया खुशी है नच के बुखार चल इत इत नचना ਖੋਲੀ ਖੜਾ ਖੜਾ ਦਵਾਈ ਚੱਟੀ ਆ ਨਾ ਇਹ ਕੱਟ ਵਿੱਚ ਲੱਗ ਜਾਂਦਾ ਪਿਆ ਲੈ ਗਲਾਸ ਲੈ ਗਲਾਸ ਨਜ਼ਰੀਏ ਲੈ ਆ ਕੇ ਬਾਹਰ ਜੀ ਮਾਰ ਕੇ ਬੋਤੀਆਂ ਵੀ ਨਜ਼ਰੀਏ ਪਿਆ ਪਾਣੀ ਧਿਆਨ ਧਿਆਨ ਦਿੱਤਾ ਲੋਕੀ ਇਹ ਬਾਕੀ ਬਈ ਮੁੰਡੇ ਦੇ ਪਿਓ ਨੂੰ ਤੇ ਮੁੰਡੇ ਦੀ ਮਾਂ ਨੂੰ ਲੱਖ ਲੱਖ ਵਧਾਈਆਂ ਤੇ ਵੀਰੇ ਹੁਣ ਤੁਸੀਂ ਆਪਦੇ ਮੁੰਡੇ ਵਾਸਤੇ ਨਾ ਸਹੇਲੀ ਲੱਭ ਲਿਆ ਜੇ ਨਹੀਂ ਤਾਂ ਉਹਨੇ ਆਪੇ ਲੱਭ ਲੈਣੀ ਹੈ ਸੁਣਦਾ ਪਿਆ ਤੈਨੂੰ ਕਹਿ ਰਿਹਾ ਗੌਤਮ ਸਿਆ ਤੇ ਸੋ ਤੁਹਾਨੂੰ ਕਿਵੇਂ ਲੱਗਿਆ ਇਹ ਵਲੋਗ ਤੇ ਨਵਾਂ ਮੈਂਬਰ ਸਾਡੀ ਫੈਮਿਲੀ 'ਚ ਜੇ ਵੀਰੇ ਸੋਹਣਾ ਲੱਗਿਆ ਸਾਡਾ ਫੈਮਿਲੀ ਮੈਂਬਰ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਤੇ ਵੀ ਪ੍ਰੈਸ ਕਰ ਲਿਓ ਸਾਨੂੰ ਸਾਡੀ ਆਉਣ ਵਾਲੀ ਵੀਡੀਓ ਨਾਲ ਦੀ ਨਾਲ ਮਿਲ ਸਕੇ ਸੋ ਹੁਣ ਦੇ ਲਈ